ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋ ਜਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਵੱਧਦੇ ਹਾਂ ਹੁਣ ਦੀ ਪਹਿਲੀ ਵੱਡੀ ਖਬਰ ਤੇ ਵੱਲ ਮੋਹਾਲੀ ਬਲਾਸਟ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਕੀਤਾ ਇਹ ਖੁਲਾਸਾ ਤਾਂ ਦੋਸਤੋ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਬੈਂਕ ਦੇ ਹੈੱਡਕੁਆਰਟਰ ਤੇ ਹੋਏ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਇਸ ਹਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਤੇ ਇੰਟੈਲੀਜੈਂਸ ਬੈਂਕ ਅਤੇ ਪੁਲਿਸ ਦੇ ਅਫਸਰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੇ ਹਨ ਤੇ ਮੁੱਖ ਮੰਤਰੀ ਨੇ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਹਨ ਤੇ ਕੱਜ ਅਜੇ ਹੋਰ ਹੋਣੀਆਂ ਬਾਕੀ ਹਨ ਪੰਜਾਬ ਦੇ ਵਿੱਚ ਸਿੱਖਿਆ ਨੂੰ ਲੈ ਕੇ ਸੀਐਮ ਆਨ ਦਾ ਵੱਡਾ ਬਿਆਨ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਟ੍ਰੇਨਿੰਗਾਂ ਦਵਾਵੇਗੀ ਸਰਕਾਰ ਜਿਹहां ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਿਆ ਤੇ ਮੀਟਿੰਗ ਦੇ ਦੌਰਾਨ ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਤੋਂ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਸੁਧਾਰਨ ਦੇ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਚਰਚਾ ਕੀਤੀ ਗਈ ਇਸ ਮੌਕੇ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਭਗਵਾਨਤ ਮਾਨ ਨੇ ਕਿਹਾ ਕਿ ਤੁਹਾਡੀ ਕਾਬਲੀਅਤ ਵਿੱਚ ਕੋਈ ਵੀ ਕਮੀ ਨਹੀਂ ਆ ਪਰ ਇਨਫਰਾਸਟ੍ਰਕਚਰ ਦੇ ਕਾਰਨ ਤੁਹਾਨੂੰ ਮਾਹੌਲ ਉਸ ਤਰ੍ਹਾਂ ਦਾ ਨਹੀਂ ਮਿਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਮੁਖੀਆਂ ਦਾ ਸਾਰਾ ਦਿਨ ਤਾਂ ਅਫਸਰਾਂ ਨੂੰ ਫਾਈਲਾਂ ਪੰਚਾਉਣ ਵਿੱਚ ਹੀ ਲੰਘ ਜਾਂਦਾ ਤਾਂ ਫਿਰ ਬੱਚਿਆਂ ਦੀ ਪੜ੍ਹਾਈ ਵੱਲ ਉਹ ਕੀ ਧਿਆਨ ਦੇਣਗੇ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਭਰੋਸਾ ਉੱਠ ਚੁੱਕਿਆ ਹੈ ਤੇ ਉਹਨਾਂ ਨੇ ਕਹਿ ਕੇ ਪੰਜਾਬ ਦੇ ਸਕੂਲ ਮੁਖੀਆਂ ਨੂੰ ਦਿੱਲੀ ਸਕੂਲਾਂ ਦੇ ਦੌਰੇ ਤੇ ਲਿਜਾਇਆ ਜਾਵੇਗਾ ਤੇ ਉਹਨਾਂ ਨੇ ਕਹਿ ਕੇ ਬੱਚਿਆਂ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ ਤੇ ਉਹਨਾਂ ਨੇ ਕਹਿ ਕੇ ਅੱਜ ਦੀ ਤਰੀਖ ਵਿੱਚ 80 ਤੋਂ ਲੈ ਕੇ 90 ਫੀਸਦੀ ਨੰਬਰਾਂ ਨੂੰ ਹੀ ਨੰਬਰ ਹੀ ਨਹੀਂ ਸਮਝਿਆ ਜਾ ਰਿਹਾ ਤੇ ਉਹਨਾਂ ਨੇ ਕਹਿ ਕੇ ਬੱਚਿਆਂ ਦੇ ਵਿੱਚ ਇਹ ਪਰਸੈਂਟੇਜ ਦਾ ਚੱਕਰ ਕੱਢ ਕੇ ਉਹਨਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ ਤੇ ਇਹ ਜ਼ਰੂਰੀ ਨਹੀਂ ਹੈ ਕਿ ਹਰ ਬੱਚਾ ਹੀ ਪਹਿਲੇ ਨੰਬਰ ਤੇ ਆਵੇ ਤੇ ਭਗਵਾਨ ਜੀ ਤਮਾ ਨੇ ਕਿਹਾ ਹੈ ਕਿ ਉਹ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਵੀ ਇਹੀ ਕਹਿਣਗੇ ਕਿ ਹੰਕਾਰ ਨਹੀਂ ਕਰਨਾ ਪੰਜਾਬ ਦੇ ਵਿੱਚ ਕਲਰਕ ਦੀਆਂ 1200 ਪੋਸਟਾਂ ਨਿਕਲੀਆਂ ਜਾਣੋ ਯੋਗਤਾ ਉਮਰ ਹੱਦ ਅਤੇ ਕਦੋਂ ਕਰੀਏ ਅਪਲਾਈ ਤਾਂ ਦੋਸਤੋ ਪੰਜਾਬ ਸਬਾਰਡੀਨੇਟ ਸਿਲੈਕਸ਼ਨ ਬੋਰਡ ਨੇ ਕਲਰਕ ਦੀਆਂ ਪੋਸਟਾਂ ਤੇ ਭਾਰਤੀ ਦੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਾਰੇ ਯੋਗ ਉਮੀਦਵਾਰ ਪੀ ਟ੍ਰਿਪਲ ਐਸ ਬੀ ਕਲਰਕ ਰਿਕੁਆਇਰਮੈਂਟ 2022 ਦੇ ਲਈ ਕਮਿਸ਼ਨ ਦੇ ਅਧਿਕਾਰਤ ਵੈਬਸਾਈਟ ਟ੍ਰਿਪਲ ਐਸ ਬੀ .ਪੰਜਾਬ .ਗੋਬੀ .n ਜਰੀਏ 15 ਮਈ 2022 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ ਅਧਿਕਾਰਤ ਸੂਤਰਾਂ ਦੇ ਅਨੁਸਾਰ ਇਸ ਪ੍ਰਕਿਰਿਆ ਦੇ ਜਿਲ੍ਹੇ ਕੁੱਲ 1200 ਪੋਸਟਾਂ ਭਰੀਆਂ ਜਾਣਗੀਆਂ ਤੇ ਜਿਨ੍ਹਾਂ ਦੇ ਵਿੱਚ ਕਲਰਕ ਦੇ ਲਈ 917 ਪੋਸਟਾਂ ਤੇ ਕਲਰਕ ਲੀਗਲ ਦੇ ਲਈ 283 ਪੋਸਟਾਂ ਸ਼ਾਮਲ ਹਨ ਦਰਦਨਾਕ ਸੜਕ ਹਾਦਸੇ ਦੇ ਵਿੱਚ ਤਿੰਨ ਨੌਜਵਾਨ ਵਿਦਿਆਰਥੀਆਂ ਦੀ ਮੌਤ ਜੀ ਹਾਂ ਦੋਸਤੋ ਅੱਜ ਸਵੇਰੇ ਵਾਪਰਿਆ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਤਿੰਨ ਨੌਜਵਾਨ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 1.5 ਦਰਜਨ ਹੋਰ ਜ਼ਖਮੀ ਹੋ ਗਏ ਹਨ ਤੇ ਸਵੇਰ ਸਮੇਂ ਇੱਕ ਪ੍ਰਾਈਵੇਟ বাস ਪਿੰਡ ਕਟੀਆਂ ਵਾਲਾ ਨੇੜੇ ਪਲਟ ਗਈ ਮ੍ਰਿਤਕਾਂ ਦੇ ਵਿੱਚ ਕ੍ਰਿਸ਼ਨ ਸਿੰਘ ਪੁੱਤਰ ਸਰਜੀਤ ਸਿੰਘ ਕਮਲਕੌਰ ਪੁੱਤਰੀ ਸ੍ਰਿੰਦਰ ਸਿੰਘ ਸਨੀਤਾ ਰਾਣੀ ਪੁੱਤਰੀ ਸ੍ਰਿੰਦਰ ਸਿੰਘ ਦੇ ਨਾਮ ਸ਼ਾਮਲ ਆਏ ਹਨ ਮ੍ਰਿਤਕਾਂ ਦੇਹਾਂ ਨੂੰ ਸੇਬੜਾ ਹਸਪਤਾਲ ਜਲਾਲਾਬਾਦ ਵਿਖੇ ਲਿਜਾਂਦਾ ਗਿਆ ਜਦਕਿ ਜ਼ਖਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਵੱਲ ਤੋੜਿਆ ਗਿਆ ਤੇ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੇਬੜਾ ਪ੍ਰਸ਼ਾਸਨ ਦੇ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਆ ਤੇ ਇਹਦੇ ਨਾਲ ਹੀ ਵਿਧਾਇਕ ਜਗਦੀਪਾ ਕੰਬੋਜ ਦੀ ਪਤਨੀ ਰਬੀਆ ਜਗਦੀਪਾ ਕੰਬੋਜ ਵੀ ਮੌਕੇ ਤੇ ਪੁੱਜ ਕੇ ਦੁਖੀ ਪਰਿਵਾਰਾਂ ਦੀ ਸਹਾਇਤਾ ਕਰਦੇ ਨਜ਼ਰ ਆ ਰਹੇ ਹਨ ਐਸਐਫ ਜੇ ਨੇ ਹਿਮਾਚਲ ਦੇ ਸੀਐਮ ਨੂੰ ਵੱਡੀ ਧਮਕੀ ਕਿਹਾ ਮਹਾਲਿਆ ਅਟੈਕ ਤੋਂ ਸਿੱਖੋ ਇਹ Shimla ਵਿੱਚ ਵੀ ਹੋ ਸਕਦਾ ਹੈ ਤਾਂ ਦੋਸਤੋ ਐਸਐਫ ਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸੰਘਾ ਪੰਨੂਣੇ ਇੱਕ ਆਡੀਓ ਜਾਰੀ ਕਰਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦਿੱਤੀ ਆਪਨੂੰ ਨੇ ਕਿ ਕ ਮਹਾਲੀ ਵਿੱਚ ਹੋਏ ਅਟੈਕ ਤੋਂ ਕੁੱਝ ਸਿੱਖੋ ਇਹ ਅਟੈਕ ਮਹਾਲੀ ਦੀ ਜਗ੍ਹਾ ਸ਼ਿਮਲਾ ਵਿੱਚ ਵੀ ਹੋ ਸਕਦਾ ਹੈ ਤੇ ਸਿੱਖ ਕੌਮ ਨੂੰ ਨਾ ਪੜਕਾਓ ਨਹੀਂ ਤਾਂ ਨਤੀਜੇ ਭੁਗਤਨੇ ਪੈਣਗੇ ਨਵਜੋਤ ਹੈ ਸਿੱਧੂ ਦੀ ਸਲਾਹ ਤੇ ਚੱਲੇਗੀ ਭਗਵੰਤ ਮਾਨ ਸਰਕਾਰ ਜਾਂ ਫਿਰ ਸਿੱਧੂ ਫੜਨਗੇ ਆਪ ਦਾ ਝਾੜੂ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਜੀ ਆ ਦੋਸਤੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਅਤੇ ਸਿੱਧੂ ਦੀ ਮੌਕਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਸੂਤਰਾਂ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਮੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਪੰਜਾਬ ਮਾਡਲ ਸੌਂਪਿਆ ਅਤੇ ਇਸ ਦੇ ਨਾਲ ਹੀ ਮੀਟਿੰਗ ਦੇ ਵਿੱਚ ਨਵਾਂ ਪੰਜਾਬ ਬਣਾਉਣ ਦੇ ਲਈ ਸਿਆਸੀ ਮਸ਼ਵਰੇ ਵੀ ਹੋਏ ਹਨ ਹੁਣ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨਵਜੋਤ ਸਿੰਘ ਸਿੱਧੂ ਦੀ ਸਲਾਹ ਦੇ ਉੱਪਰ ਚੱਲੇਗੀ ਜਾਂ ਫਿਰ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਅਲਬਦਾ ਕਹਿ ਕੇ ਆਪ ਦਾ ਝਾੜੂ ਪੜਨਗੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਦੋਸਤੋ ਆਪਣੀ ਟਿੱਪਣੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਰੱਖੋ ਪਿਆ ਆਕੜਾਂ ਦੇ ਲਈ ਖੁਸ਼ਖਬਰੀ 1 ਜੂਨ ਤੋਂ ਮਿਲੇਗੀ ਸਸਤੀ ਸ਼ਰਾਬ ਜਾਣੋ ਕੈਰੀਵਾਲ ਸਰਕਾਰ ਨੇ ਕੀ ਲਿਆ ਫੈਸਲਾ ਤਾਂ ਦੋਸਤੋ ਦੇਖਦੇ ਰਾਜਧਾਨੀ ਦਿੱਲੀ ਦੇ ਵਿੱਚ 1 ਜੂਨ ਤੋਂ ਸ਼ਰਾਬ ਸਸਤੀ ਹੋ ਜਾਵੇਗੀ ਦਰਸਾਲਾ ਦਿੱਲੀ ਸਰਕਾਰ 1 ਜੂਨ ਤੋਂ ਸ਼ਰਾਬ ਤੇ ਵੱਧ ਤੋਂ ਵੱਧ ਪਰਚੂਨ ਮੁੱਲ ਐਮ ਆਰ ਪੀ ਤੇ ਦਿੱਤੀ ਜਾ ਰਹੀ 25 ਫੀਸਦੀ ਛੂਟ ਨੂੰ ਸੀਮਤ ਕਰਨ ਜਾ ਰਹੀ ਹੈ ਤੇ ਅਜਿਹਾ ਹੋਣ ਤੋਂ ਬਾਅਦ ਸ਼ਰਾਬ ਵੇਚਣ ਵਾਲੇ ਐਮ ਆਰ ਪੀ ਤੋਂ ਘੱਟ ਕੀਮਤੇ ਸ਼ਰਾਬ ਵੇਚ ਸਕਣਗੇ ਸਾਬਕਾ ਕਾਂਗਰਸੀ ਮੰਤਰੀਆਂ ਦੀਆਂ ਬਰ ਸਕਦੀਆਂ ਹਨ ਮੁਸ਼ਕਲਾਂ ਰਾਜਾ ਬਡੰਗਾ ਤੇ ਓਪੀ ਸੋਨੀ ਤੋਂ ਹੋ ਸਕਦੇ ਆ ਪੁੱਛ ਗਏ ਚ ਪੰਜਾਬ ਦੇ ਵਿੱਚ ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਤੇ ਸੂਬੇ ਦੀ ਨਵੀਂ ਆਪ ਸਰਕਾਰ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਬਡੰਗਾ ਤੇ ਓਪੀ ਸੋਨੀ ਤੋਂ ਪੁੱਛ ਗਏ ਚ ਕਰ ਸਕਦੀ ਹੈ ਤੇ ਮਾਨ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਇਹ ਸੰਕੇਤ ਦਿੱਤੇ ਹਨ ਪੋਲਰ ਦੇ ਮਤਾਬਕ ਟ੍ਰਾਂਸਪੋਰਟ ਮੰਤਰੀ ਰਾਜਾ ਬੜਿੰਗ ਦੇ ਕਾਰਜਕਾਲ ਦੇ ਦੌਰਾਨ ਸਰਕਾਰੀ ਬੱਸਾਂ ਦੇ ਵਿੱਚ ਘਟਿਆ ਕੁਆਲਿਟੀ ਦੀ ਬੋਡੀ ਲਈ ਗਈ ਸੀ ਕਰੋੜਾਂ ਦੇ ਬਿੱਲ ਪੈਂਡਿੰਗ ਡੀਜ਼ਲ ਸਪਲਾਈ ਰੋਕਣ ਦੇ ਨਾਲ ਬੱਸਾਂ ਖੜੀਆਂ ਹੁਣ ਦਾ ਖਤਰਾ ਮੰਡਰਾਉਣ ਲੱਗਾ ਤਾਂ ਦੋਸਤੋ ਔਰਤਾਂ ਨੂੰ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਵਾਉਣ ਵਾਲੇ ਰੋਡਵੇਜ ਪੰਨਵਾਸ ਅਤੇ ਪੀਆਰਟੀਸੀ ਨੇ ਸਰਕਾਰ ਨੂੰ 6 ਨਵੰਬਰ ਤੋਂ ਬਿੱਲ ਭੇਜਨੇ ਸ਼ੁਰੂ ਕੀਤੇ ਜਿਨ੍ਹਾਂ ਦਾ 6 ਮਹੀਨਿਆਂ ਦੇ ਬਾਅਦ ਵੀ ਭੁਗਤਾਨ ਨਹੀਂ ਹੋ ਸਕਿਆ ਅਤੇ ਵਿਭਾਗ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪੈਸੇ ਨਾ ਮਿਲਣ ਕਾਰਨ ਵਿਭਾਗ ਦੇ ਕਈ ਜ਼ਰੂਰੀ ਕੰਮ ਮਹੀਨਿਆਂ ਤੋਂ ਰੁਕੇ ਪਏ ਹਨ ਤੇ ਬੱਸਾਂ ਦੇ ਟਾਇਰ ਬਦਲਣ ਸਮੇਤ ਸਹੀ ਟਾਂਕ ਤੇ ਨਾਲ ਪੇਮੈਂਟ ਨਾ ਹੋਣਾ ਕਦੇ ਵੀ ਹਰਸੈਨ ਨੂੰ ਸੱਦਾ ਦੇ ਸਕਦਾ ਹੈ ਮਾਹਿਰਾਂ ਦੇ ਮੁਤਾਬਕ ਸਰਕਾਰ ਨੂੰ ਇਸ ਪ੍ਰਤੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਤੰਗੀ ਦੇ ਹਾਲਤ ਵਿੱਚ ਜ਼ਿਆਦਾ ਸਮੇਂ ਤੱਕ اٹਕੇ ਰਹਿਣਾ ਸੰਭਵ ਨਹੀਂ ਹੈ ਹੋਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਾਲ ਪਰੇਸ਼ਾਨੀ ਹੋਰ ਵੀ ਵਧੇਗੀ ਬੁਲੇਟ ਦਾ ਸ਼ੌਂਕ ਹੋਇਆ ਮਹਿੰਗਾ ਰਾਇਲ ਐਨਫੀਲਡ ਬੁਲੇਟ 350 ਦੀਆਂ ਵਧੀਆਂ ਕੀਮਤਾਂ ਜਾਣੋ ਨਵੀਂ ਪ੍ਰਾਈਸ ਲਿਸਟ ਤਾਂ ਦੋਸਤੋ ਭਾਰਤ ਦੇ ਵਿੱਚ ਰਾਇਲ ਐਨਫੀਲਡ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਜਿਸ ਦੇ ਕਾਰਨ ਕੰਪਨੀ ਹਮੇਸ਼ਾ ਆਪਣੇ ਮੋਟਰਸਾਈਕਲਾਂ ਨੂੰ ਸਮੇਂ ਤੇ ਅਪਡੇਟ ਕਰਦੀ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਕਈ ਨਵੀਆਂ ਬਾਈਕਸ ਵੀ ਲਾਂਚ ਕਰਦੀ ਆ ਪਰ ਬੁਲੇਟ ਪ੍ਰੇਮੀਆਂ ਦੇ ਲਈ ਇੱਕ ਦੁਖਦਾਈ ਖਬਰ ਹੈ ਰਾਇਲ ਐਨਫੀਲਡ ਨੇ ਬੁਲੇਟ 350 ਸੀਸੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਹੈ ਆਓ ਜਾਣਦੇ ਹਾਂ ਨਵੀਂ ਕੀਮਤ ਦੀ ਸੂਚੀ ਬੁਲੇਟ 350 ਦੇ ਸਟੈਂਡਰਡ ਵੇਰੀਐਂਟ ਦੀ ਨਵੀਂ ਕੀਮਤ ਹੈ 1,47,999 ਰੁਪਏ ਅਤੇ ਕਿੱਕ 스타ਟ ਵੇਰੀਐਂਟ ਦੀ ਕੀਮਤ 1,54,674 ਰੁਪਏ ਹੋਵੇਗੀ ਜਦੋਂ ਕਿ ਇਲੈਕਟ੍ਰਿਕ 스타ਟ ਵੇਰੀਐਂਟ 1,63,338 ਰੁਪਏ ਦੇ ਵਿੱਚ ਉਪਲਬਧ ਹੈ ਤੇ ਸਾਰੀਆਂ ਕੀਮਤਾਂ ਐਕਸ ਸ਼ੋਅਰੂਮ ਦਿੱਲੀ ਵਿੱਚ ਹਨ ਤੇ ਹਾਲਾਂਕਿ ਕੀਮਤਾਂ ਦੇ ਵਿੱਚ ਬਾਅਦ ਦੇ ਤੋਂ ਇਲਾਵਾ ਕੰਪਨੀ ਨੇ ਮੋਟਰਸਾਈਕਲ ਨੂੰ ਲੈ ਕੇ ਕੋਈ ਅਪਡੇਟ ਨਹੀਂ ਦਿੱਤੀ ਹੈ। ਅਬੂਰ ਦੇ ਵਿੱਚ ਚੱਟੇ ਦੇ ਨਾਲ ਨੌਜਵਾਨ ਦੀ ਮੌਤ, ਪਤਨੀ ਨੇ ਕਿਹਾ ਮੇਰਾ ਘਰ ਬਰਬਾਦ ਹੋ ਗਿਆ ਕਿਸੇ। ਹੋਰ ਦਾ ਨਾ ਹੋਵੇ ਤਾਂ ਦੋਸਤੋ ਅਬੂਰ ਦੇ ਵਿੱਚ ਚੱਟੇ ਨੇ ਇੱਕ ਹੋਰ ਨੌਜਵਾਨ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਨੇ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਹਿ ਕੇ ਮੀਰਾ ਘਰ ਤਾਂ ਬਰਬਾਦ ਹੋ ਗਿਆ ਪਰ ਕਿਸੇ ਹੋਰ ਦਾ ਨਾ ਹੋਵੇ ਤੇ ਪਤਨੀ ਨੇ ਕਹਿ ਕੇ ਉਹਦਾ ਪਤੀ ਕਾਫੀ ਲੰਬੇ ਸਮੇਂ ਤੋਂ ਚਿੱਟੇ ਦਾ ਨਸ਼ਾ ਕਰਦਾ ਸੀ ਸਮਝਾਉਣ ਤੋਂ ਵੀ ਉਹ ਪਿੱਛੇ ਨਹੀਂ ਹਟਿਆ ਇਸ ਦੌਰਾਨ ਉਹ ਬੜੀ ਮੁਸ਼ਕਲ ਦੇ ਨਾਲ ਕੁਝ ਸਮੇਂ ਦੇ ਲਈ ਨਸ਼ਾ ਕਰਨਾ ਹਟ ਗਿਆ ਪਰ ਉਹਦੇ ਦੋਸਤਾਂ ਨੇ ਫਿਰ ਉਸ ਨੂੰ ਲਗਾ ਦਿੱਤਾ ਤੇ ਮਿਰਤਕ ਦੇ ਪਿਤਾ ਨੇ ਕਿਹਾ ਹੈ ਕਿ ਪੁਲਿਸ ਮਗਲਰਾਮ ਤੇ ਸ਼ਕੰਜਾ ਕਸਨ ਤਾਂ ਜੋ ਕਿਸੇ ਹੋਰ ਨੌਜਵਾਨ ਮੌਤ ਦਾ ਨਸ਼ੇ ਦੇ ਕਾਰਨ ਮੌਤ ਨਾ ਹੋਵੇ ਤੇ ਮ੍ਰਿਤਕ ਦੇ ਸਸਨੇ ਕਹੇ ਕਿ ਨਸ਼ਾ ਵੇਚਣ ਵਾਲਿਆਂ ਨੇ ਮੇਰੀ ਧੀ ਦਾ ਸੁਹਾਗ ਉਜਾੜ ਦਿੱਤਾ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਵੱਡੀ ਖਬਰ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਕੇਸ ਰੱਦ ਕਰਨ ਤੋਂ ਕੀਤੀ ਕੋਰੀਨਾ। ਡਰੱਗਜ਼ ਮਾਮਲੇ ਦੇ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਤੇ ਅਦਾਲਤ ਨੇ ਉਹਨਾਂ ਦਾ ਕੇਸ ਰੱਦ ਕਰਨ ਤੋਂ ਕੋਰੀਨਾ ਕਰ ਦਿੱਤੀ ਹੈ। ਦਰਸਾਲਾ ਵਿਕਰਮਾ ਮਜੀਠਿਆ ਨੇ ਅਦਾਲਤ ਤੋਂ ਉਹਨਾਂ ਦੇ ਖਿਲਾਫ ਦਰਜ ਐਫ ਆਈ ਆਰ ਦਰਜ ਜੋ ਕੈਤੀ ਗਈ ਸੀ ਰੱਦ ਕਰਨ ਦੀ ਮੰਗ ਕੀਤੀ ਜਿਸ ਨੂੰ ਕਿ ਅਦਾਲਤ ਨੇ ਸਿਰੇ ਤੋਂ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਵਿਕਰਮਾ ਮਜੀਠਿਆ ਨੂੰ ਹਾਈ ਕੋਰਟ ਜਾਣ ਦੇ ਲਈ ਕਹਿ ਦੱਸਣ ਜੋਗਾ ਕਿ ਪੰਜਾਬ ਦੇ ਵਿੱਚ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਕਰਮਾ ਮਜੀਠਿਆ ਨੇ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਨਿਆਂਇਕ ਹरासत ਵਿੱਚ ਭੇਜ ਦਿੱਤਾ ਗਿਆ ਸੀ ਅਸ ਵੇਲੇ ਵਿਕਰਮ ਸੰਗਮ ਜੀਠਿਆ ਜੇਲ੍ਹ ਦੇ ਵਿੱਚ ਬੰਦ ਹਨ ਪੰਜਾਬ ਦੇ ਵਿੱਚ ਹਜੇ ਵੀ ਕਈ ਟਿਫਨ ਬੰਬ ਲੱਭਣ ਦੇ ਵਿੱਚ ਜੁਟੀਆਂ ਸੁਰੱਖਿਆ ਏਜੰਸੀਆਂ ਦਿੱਲੀ ਤੋਂ ਲੈ ਕੇ ਕਸ਼ਮੀਰ ਤੱਕ ਹਾਈ ਅਲਰਟ ਜੀ ਹਾਂ ਦੋਸਤੋ ਸੋਮਵਾਰ ਦੇਰ ਸ਼ਾਮ ਮਹਾਲੀ ਸਟੈੱਟ ਇੰਟੈਲੀਜੈਂਸ ਦਫ਼ਤਰ ਤੇ ਹੋਏ ਹਮਲੇ ਨੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਤੇ ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਤੇ ਪਿਛਲੇ 7 ਦਿਨਾਂ ਦੇ ਵਿੱਚ ਲਗਾਤਾਰ 4 ਅੱਤਵਾਦੀ ਘਟਨਾਵਾਂ ਨੇ ਪੰਜਾਬ ਹਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੰਦੀ ਹੈ ਪੰਜਾਬ ਦੇ ਵਿੱਚ ਹਜੇ ਵੀ ਕਈ ਟਿਪਨ ਬੰਬ ਹਨ ਜਿਨ੍ਹਾਂ ਨੂੰ ਲੈ ਕੇ ਏਜੰਸੀਆਂ ਚੌਕਸ ਹੋ ਚੁੱਕੀਆਂ ਹਨ ਤੇ ਏਜੰਸੀਆਂ ਨਹੀਂ ਲੱਭ ਸਕੀਆਂ ਹਨ ਇਹਨਾਂ ਨੂੰ ਇੰਡੀਆ ਨਾ ਸੈਕਯੂਅਟਾ ਫੈਡਰੇਸ਼ਨ ਨਾਂ ਦੇ ਅਤਵਾਦੀ ਸਮੂਹ ਨੇ ਪੰਜਾਬ ਦੇ ਵਿੱਚ ਡਰੋਨ ਦੇ ਰਾਹੀਂ ਟਿਪਨ ਬੰਬ ਭੇਜੇ ਸਨ ਜਿਨ੍ਹਾਂ ਦੇ ਵਿੱਚੋਂ ਚਾਰ ਦਾ ਤਾਂ ਹਜੇ ਤੱਕ ਪਤਾ ਨਹੀਂ ਲੱਗਾ ਇਹ ਟਿਪਨ ਬੰਬ ਕਿਤੇ ਹਨ ਤੇ ਏਜੰਸੀਆਂ ਜਿਸ ਬਾਰੇ ਸਿਰਫ ਲਾਈਨ ਹੀ ਮਾਰ ਰਹੀਆਂ ਹਨ